ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਆਪਾਂ ਗੱਲ ਕਰਨ ਲੱਗੇ ਹਾਂ ਅੱਜ ਵੀਡੀਓ ਦੀਆਂ ਜਿਹੜੀਆਂ ਪੋਸਟਾਂ ਆਊਟ ਹੋਈਆਂ ਹਨ, ਜਿਨ੍ਹਾਂ ਦਾ ਐਪਲੀਕੇਸ਼ਨ ਅਪਲਾਈ ਵਾਸਤੇ ਲਿੰਕ ਜਿਹੜਾ ਹੈ ਕੱਲ੍ਹ ਐਕਟੀਵੇਟ ਹੋ ਗਿਆ ਸੀ ਸ਼ਾਮ ਨੂੰ 9:45 ਉੱਤੇ। ਠੀਕ ਹੈ ਜੀ, ਚਲੋ ਆਪਾਂ ਇਸ ਬਾਰੇ ਗੱਲ ਕਰ ਲੈਂਦੇ ਹਾਂ, ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਅੱਜ ਕੱਲ੍ਹ ਕਿ ISO ਚੱਲੇਗਾ ਜਾਂ PGDCA ਚੱਲੇਗਾ। ਠੀਕ ਹੈ, ਆਪਾਂ ਇਸ ਬਾਰੇ ਪੂਰੀ ਗੱਲ ਜਿਹੜੀ ਹੈ ਕਰਾਂਗੇ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਜਾਣਕਾਰੀ ਦੇਣਾ ਚਾਹਾਂਗਾ ਵੀ ਜੇਕਰ ਕਿਸੇ ਨੇ ਪੰਜਾਬ GK ਪੜ੍ਹਨੀ ਹੈ, ਕਿਉਂਕਿ ਅੱਜ ਕੱਲ੍ਹ ਐਗਜ਼ਾਮ ਵਿੱਚ ਬਹੁਤ ਘੱਟ ਟਾਈਮ ਹੁੰਦਾ ਹੈ ਅਤੇ ਬਹੁਤ ਜ਼ਿਆਦਾ ਪੜ੍ਹਨਾ ਹੁੰਦਾ ਹੈ, ਅਤੇ ਜ਼ਿਆਦਾ ਪੜ੍ਹਨ ਤੋਂ ਇਲਾਵਾ ਜੇਕਰ ਆਪਾਂ ਨੂੰ ਉਹ ਪੜ੍ਹਿਆ ਜਾਵੇ ਜੋ ਕਿ ਐਗਜ਼ਾਮ ਵਿੱਚ ਪੁੱਛਿਆ ਜਾਂਦਾ ਹੈ, ਤਾਂ ਉਸ ਵਰਗੀ ਗੱਲ ਨਹੀਂ ਹੋ ਸਕਦੀ। ਠੀਕ ਹੈ, ਇਸ ਕਰਕੇ ਮੈਂ ਇੱਕ ਈ-ਬੁੱਕ ਤਿਆਰ ਕੀਤੀ ਹੈ ਜੋ ਕਿ ਟੋਪਿਕ ਵਾਈਜ਼ ਨੇ, ਨਾਲੇ ਇਹਦੇ ਵਿੱਚ ਅਲੱਗ ਅਲੱਗ ਟੋਪਿਕ ਅਤੇ MCQs ਵੀ ਦਿੱਤੇ ਹਨ ਜਿਹੜੇ ਕਿ ਐਗਜ਼ਾਮ ਵਿੱਚ ਪੁੱਛੇ ਜਾ ਸਕਦੇ ਹਨ। ਠੀਕ ਹੈ ਜੀ, ਜਿਵੇਂ ਕਿ ਤੁਸੀਂ ਵੇਖ ਰਹੇ ਹੋ ਪੰਜਾਬ ਦਾ ਕੈਬਿਨਟ, 16ਵੀਂ ਵਿਧਾਨ ਸਭਾ, ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਪੇਪਸੂ, ਪਹਿਲਾ ਐਂਗਲੋ ਸਿੱਖ ਯੁੱਧ, ਦੂਜਾ ਐਂਗਲੋ ਸਿੱਖ ਯੁੱਧ, ਤੀਜਾ ਲਾਹੌਰ ਦੀ ਸੰਧੀ, ਪੇਰੋਵਾਲ ਦੀ ਸੰਧੀ, ਖਾਲਸਾ ਯਾਨੀ ਕਿ ਦਲ ਖਾਲਸਾ, ਕਰਤਾਰਪੁਰ ਲਾਂਘਾ ਜਿਹਨੂੰ ਕਰਤਾਰਪੁਰ ਕੋਰੀਡੋਰ ਬੋਲਦੇ ਨੇ, ਓਪਰੇਸ਼ਨ ਬਲਿਊ ਸਟਾਰ, ਸ਼੍ਰੀ ਅਕਾਲ ਤਖਤ ਤਖਤ, ਸ਼੍ਰੀ ਦਮਦਮਾ ਸਾਹਿਬ ਤਖਤ, ਸ਼੍ਰੀ ਕੇਸਗੜ੍ਹ ਸਾਹਿਬ ਤਖਤ, ਸ਼੍ਰੀ ਹਜ਼ੂਰ ਸਾਹਿਬ ਤਖਤ, ਸ਼੍ਰੀ ਪਟਨਾ ਸਾਹਿਬ, ਪੰਜ ਪਿਆਰੇ, ਬੰਦਾ ਸਿੰਘ ਬਹਾਦੁਰ ਅਤੇ ਇਹਨਾਂ ਦੀ ਪ੍ਰਸ਼ਨ ਉੱਤਰੀ। ਠੀਕ ਹੈ ਜੀ, ਇਹ 20 ਟੋਪਿਕ ਤੁਹਾਨੂੰ ਈ-ਬੁੱਕ ਵਿੱਚ ਮਿਲ ਜਾਣਗੇ, ਜਿਹਦਾ ਪਰਚੇਜ਼ ਕਰਨ ਦਾ ਲਿੰਕ ਹੈ ਜਿਹੜਾ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪਾ ਦਿੱਤਾ ਹੈ। ਠੀਕ ਹੈ ਜੀ, ਜੇਕਰ ਤੁਸੀਂ ਇਸ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ, ਉੱਥੇ ਜਾ ਕੇ ਤੁਸੀਂ ਆਪਣਾ ਨਾਮ, ਈਮੇਲ, ਫੋਨ ਨੰਬਰ ਅਤੇ UPI ਰਾਹੀਂ ਪੇਮੈਂਟ ਕਰ ਸਕਦੇ ਹੋ। ਠੀਕ ਹੈ ਜੀ, ਚਲੋ ਅੱਗੇ ਵੱਧਦੇ ਹਾਂ। ਸਭ ਤੋਂ ਪਹਿਲਾਂ ਗ੍ਰਾਮ ਸੇਵਕ ਵਿੱਚ ISO ਜਿਹੜਾ ਹੈ, ਪਹਿਲਾਂ ਆਪਾਂ ਇਹਦੀ ਜਿਹੜੀ ਨੋਟੀਫਿਕੇਸ਼ਨ ਹੈ ਉਹਦੇ ਵਿੱਚ ਪੜ੍ਹ ਲੈਂਦੇ ਹਾਂ ਥੋੜ੍ਹਾ ਜਿਹਾ। ਹਾਂਜੀ, ਅਤੇ ਆਪਾਂ ਇਹਦੀ ਨੋਟੀਫਿਕੇਸ਼ਨ ਜਿਹੜੀ ਹੈ ਉਹ ਆ ਚੁੱਕੀ ਹੈ, ਨੋਟੀਫਿਕੇਸ਼ਨ ਹੈਗੀ ਹੈ 04-2022। ਇਹ ਨੋਟੀਫਿਕੇਸ਼ਨ ਨੰਬਰ ਹੈ, ਐਡਵਰਟਾਈਜ਼ਮੈਂਟ ਨੰਬਰ। ਠੀਕ ਹੈ, ਇਤਿਹਾਸ ਇਸ ਤਿਆਰ ਹੋਣ ਦੀ ਮਿਤੀ ਅਤੇ ਆਪਾਂ ਨੂੰ ਲਗਭਗ 1.5 ਮਹੀਨਾ ਇਹਨੂੰ ਮਿਲ ਗਿਆ ਹੈ ਪੂਰਾ ਫੋਰਮ ਅਪਲਾਈ ਕਰਨ। ਠੀਕ ਹੈ ਜੀ, ਫੀਸ ਭਰਨ ਦੀ ਜਿਹੜੀ ਮਿਤੀ ਹੈਗੀ ਉਹ 30/6/2022 ਹੈ। ਚਲੋ ਅੱਗੇ ਆਪਾਂ ਇਹਦੇ ਬਾਰੇ ਗੱਲ ਕਰ ਲੈਂਦੇ ਹਾਂ ਪੂਰੀ, ਜਿਹਦਾ ਜਿਹੜਾ ਇਹਦਾ ਕੁਆਲੀਫਿਕੇਸ਼ਨ ਹੈ ਉਸ ਬਾਰੇ। ਠੀਕ ਹੈ, ਚਲੋ ਵੇਖਦੇ ਹਾਂ ਕੁਆਲੀਫਿਕੇਸ਼ਨ ਵਿੱਚ ਕੀ ਹੈ। ਸਭ ਤੋਂ ਵੱਡਾ 10th ਵਿੱਚ ਪੰਜਾਬੀ, 10th ਵਿੱਚ ਪੰਜਾਬੀ ਹੋ ਗਈ ਜੀ, ਬਿਲਕੁਲ। ਉਸ ਤੋਂ ਬਾਅਦ +2 ਸੈਕਿੰਡ ਡਿਵੀਜ਼ਨ ਵਿੱਚ ਪਾਸ ਹੋਣੀ ਚਾਹੀਦੀ ਹੈ, 3rd ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਕਿਸੇ ਵੀ ਯੂਨੀਵਰਸਿਟੀ ਤੋਂ, ਇੰਸਟੀਟਿਊਸ਼ਨ ਤੋਂ। ਚਲੋ ਇੱਥੇ ਤੱਕ ਤਾਂ ਸਭ ਠੀਕ ਸੀ, ਪਰ ਇੱਥੇ ਇਹਨਾਂ ਨੇ ਇੱਕ ਹੋਰ ਕਬਾੜਾ ਕਰਤਾ। ਕੀ ਕਬਾੜਾ ਕਰਤਾ ਜੀ? ਇਹ ਕਹਿ ਰਹੇ ਨੇ 1 year ਡਿਪਲੋਮਾ ਕੋਰਸ ਇਨ ਕੰਪਿਊਟਰ ਐਪਲੀਕੇਸ਼ਨ ਫਰੋਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ, ਪ੍ਰੈਫਰੈਂਸ ਸੈਲ ਵੀ ਗਿਵਨ ਟੂ ਦਾ ਪੁਜੀਸ਼ਨ ਆਫ BCOM ਡਿਗਰੀ। ਮਤਲਬ ਜਿਹਨਾਂ ਕੋਲ ਕਾਮਰਸ ਸਾਈਡ ਦੀ ਡਿਗਰੀ ਹੈ ਉਹਨਾਂ ਨੂੰ 5 ਨੰਬਰ ਜਿਹੜੇ ਹੈ ਐਕਸਟਰਾ ਮਿਲਣਗੇ, ਇਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਵੇਗੀ। ਚਲੋ ਇਹ ਤਾਂ ਗੱਲ ਹੋ ਗਈ ਜੀ, ਹੋਰ ਗੱਲਾਂ ਸੁਣੋ। ਜਿਹੜਾ ISO ਸਰਟੀਫਿਕੇਟ ਹੈ ਇਹ ਜਿਹੜਾ ਮਾਨਯ ਨਹੀਂ ਹੋਏਗਾ, ਓਨਲੀ PGDCA ਚੱਲੇਗਾ। ਹੋਰ ਸੁਣੋ, ਜਿਨ੍ਹਾਂ ਕੋਈ ਵੀ ਡਿਪਲੋਮਾ ਹੈਗਾ ਹੈ ਕੰਪਿਊਟਰ ਦਾ ਜੋ ਕਿ 1 ਸਾਲ ਤੋਂ ਵੱਧ ਹੈ, 1 ਸਾਲ ਤੋਂ ਵੱਧ ਜਿਹੜਾ ਹੈਗਾ ਉਹ ਚੱਲੇਗਾ, ਚਾਹੇ ਉਹ ਡਿਪਲੋਮਾ ਹੈ, ਚਾਹੇ BTECH ਡਿਗਰੀ ਹੈ, ਚਾਹੇ ਕਿਸੇ ਪ੍ਰਕਾਰ ਦੀ ਹੋਰ ਡਿਗਰੀ ਹੈ ਜੋ 1 ਸਾਲ ਤੋਂ ਵੱਧ ਹੈ, ਜਿਹਦੇ ਵਿੱਚ ਕੰਪਿਊਟਰ 1 ਸਾਲ ਤੋਂ ਵੱਧ ਪੜ੍ਹਾਇਆ ਗਿਆ ਹੋਵੇ, ਉਹ ਸਾਰਾ ਚੱਲੇਗਾ ਜੀ। ਠੀਕ ਹੈ, ਹੋ ਸਕਦਾ ਤੁਹਾਨੂੰ ਮੇਰੀਆਂ ਇਹ ਗੱਲਾਂ ਸਮਝ 'ਚ ਆ ਗਈਆਂ ਹੋਣੀਆਂ। ਹੁਣ ਆਪਾਂ ਚੱਲਦੇ ਹਾਂ ਜਿਹੜੇ ਵੱਡੇ ਸਵਾਲ ਨੇ ਉਹਨਾਂ ਵੱਲ। ਹਾਂਜੀ, ਇਹ ਵੇਖੋ ਮੈਂ ਸਪੈਸ਼ਲੀ ਮੈਨਸ਼ਨ ਕਰ ਦਿੱਤਾ ਹੈ ਗ੍ਰਾਮ ਸੇਵਕ ਵਿੱਚ ISO, ਮਾਫ਼ ਕਰਿਆ ਜੀ, ISO ਓ ਲੈਵਲ ਸਰਟੀਫਿਕੇਟ ਨਹੀਂ ਚੱਲੇਗਾ, ਹਾਈ ਕੋਰਟ ਦੇ ਰਿਟ ਨੰਬਰ, ਆ ਰਿਟ ਨੰਬਰ ਦਿੱਤੀ ਹੋਈ ਹੈ ਜੀ, ਕਿਹੜੀ ਹੈ 26260/2016 ਦੇ ਮੁਤਾਬਿਕ PGDCA ਨੂੰ ਮਾਨਤਾ ਦਿੱਤੀ ਗਈ ਹੈ, ਯਾਨੀ ਕਿ PGDCA ਹੀ ਆਪਾਂ ਨੂੰ ਚਾਹੀਦਾ ਹੋਵੇਗਾ। ਦੂਜੀ ਗੱਲ, ਆਪਾਂ ਪੰਜਾਬ ਪਟਵਾਰੀ ਦੀ ਜੁਆਇਨਿੰਗ ਦੀ ਗੱਲ ਕਰ ਲੈਂਦੇ ਹਾਂ। ਸਰਕਾਰ ਨੇ ਸਾਨੂੰ 1 ਵੀਕ ਦਾ ਟਾਈਮ ਆਪਣੇ ਕੋਲੋਂ ਮੰਗਿਆ ਸੀ ਅਤੇ ਉਹ ਲਗਭਗ ਲੰਘ ਚੁੱਕਿਆ ਹੈ, ਪਰ ਹਾਲੇ ਤੱਕ ਕੋਈ ਅਪਡੇਟ ਨਹੀਂ ਆਈ ਹੈ। ਫਿਰ ਵੀ ਆਪਾਂ ਨੂੰ ਥੋੜ੍ਹਾ ਜਿਹਾ ਹੋਰ ਵੇਟ ਕਰਨਾ ਚਾਹੀਦਾ ਹੈ, ਕਿਉਂਕਿ ਸਰਕਾਰੀ ਕੰਮਾਂ 'ਚ ਦੇਰੀ ਹੁੰਦੀ ਹੈ, ਇਹ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ। ਆਪਾਂ ਥੋੜ੍ਹੇ 4-5 ਦਿਨ ਹੋਰ ਵੇਟ ਕਰਦੇ ਹਾਂ।
ਉਸ ਤੋਂ ਬਾਅਦ ਆਪਾਂ ਵੇਖਾਂਗੇ ਅਗਲੀ ਆਪਣੀ ਕਿ ਜਿਹੜੀ ਕਾਰਵਾਈ ਹੋਏਗੀ ਉਹ ਪੰਜਾਬ ਪੁਲਿਸ ਦੀ ਜੁਆਇਨਿੰਗ ਦੇਖ ਲਓ। ਪੰਜਾਬ ਪੁਲਿਸ ਨੂੰ ਤਾਂ ਵਾਹ ਵਾਹ ਦਿਨ ਹੋ ਗਏ ਜਦੋਂ ਸਾਨੂੰ ਆਈ ਜੀ ਸਾਹਿਬ ਨੇ ਇਹ ਕਿਹਾ ਸੀ ਉੱਥੇ ਜਦੋਂ ਬੱਚੇ ਸਾਰੇ ਇਕੱਠੇ ਹੋ ਕੇ ਗਏ ਸੀ ਧਰਨਾ ਲਾਉਣ, ਅਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਜਲਦੀ ਹੀ ਕੋਲ ਲੈਟਰ ਜਿਹੜੇ ਆ ਮਿਲ ਜਾਣਗੇ, ਪਰ ਹਾਲੇ ਤੱਕ ਇਹ ਵੀ ਕੋਈ ਅਪਡੇਟ ਨਹੀਂ ਆ ਰਹੀ। ਕਦੋਂ ਦੇਣਗੇ ਇਹ ਵੀ ਨਹੀਂ ਪੁੱਛ ਰਹੇ। ਚਲੋ ਫਿਰ ਵੀ ਇਹਨਾਂ ਨੂੰ ਥੋੜ੍ਹਾ ਹੋਰ ਟਾਈਮ ਦਿੰਦੇ ਹਾਂ ਆਪਾਂ, ਉਸ ਤੋਂ ਬਾਅਦ ਵੇਖਾਂਗੇ ਕੀ ਬਣਦਾ ਹੈ। ਬਾਕੀ ਜੇਕਰ ਕੋਈ ਹੋਰ ਨਵੀਂ ਅਪਡੇਟ ਜਿਵੇਂ ਵੀ ਆਉਂਦੀ ਹੈ ਤੁਹਾਨੂੰ ਵੀਡੀਓ ਬਣਾ ਕੇ ਦੱਸ ਦਿੱਤਾ ਜਾਵੇ। ਠੀਕ ਹੈ ਜੀ, ਜੇਕਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ। ਅੱਜ ਦੇ ਲਈ ਇੰਨਾ ਹੀ, ਮਿਲਦੇ ਹਾਂ ਨੈਕਸਟ ਵੀਡੀਓ 'ਤੇ। ਧੰਨਵਾਦ।